ਬੀਤੇ ਦਿਨ ਸੈਸ਼ਨ ਜੱਜ ਨਾਂ ਦੇ ਅਧਿਆਪਕ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਜਿਸ ਕਰਕੇ ਰਾਜ ਸਭਾ ਸੰਸਦ ਕੁਮਾਰੀ ਸ਼ੈਲਜਾ ਮ੍ਰਿਤਕ ਅਧਿਆਪਕ ਦੇ ਘਰ ਪਹੁੰਚੀ। ਉਹਨਾਂ ਨਾਲ ਮੁੱਖ ਤੌਰ ਤੇ ਤਿੰਨ ਸਾਬਕਾ ਵਿਧਾਇਕ ਵੀ ਪੁੱਜੇ, ਜਿੱਥੇ ਉਹਨਾਂ ਨੇ ਕੁਮਾਰੀ ਸ਼ੈਲਜਾ ਦੇ ਨਾਲ ਜਾ ਕੇ ਪੀੜਿਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਉੱਥੇ ਹੀ ਪੀੜਿਤ ਪਰਿਵਾਰ ਨੇ ਕੁਮਾਰੀ ਸ਼ੈਲਜਾ ਨੂੰ ਦੱਸਿਆ ਕਿ ਪੁਲਿਸ ਵੱਲੋਂ ਵੀ ਉਹਨਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਗਈ, ਜਿਸ ਦੇ ਚੱਲਦਿਆਂ ਪਰਿਵਾਰ ਨੇ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਉਧਰ ਕੁਮਾਰੀ ਸ਼ੈਲਜਾ ਨੇ ਵੀ ਪੀੜਿਤ ਪਰਿਵਾਰ ਨੂੰ ਇਨਸਾਫ ਦੀ ਆਸ ਦਵਾਈ ਹੈ। ਪਰਸੋਂ ਮਰਡਰ ਹੋਇਆ ਹੈ, ਕੱਲ੍ਹ ਮਰਡਰ ਹੋਇਆ ਹੈ, ਜੋ 15 ਗੋਲੀਆਂ ਮਾਰੀ ਗਈ ਹੈ। ਆਜ ਹੀ ਫੇਸਬੁੱਕ 'ਤੇ ਕੁਲਦੀਪ ਕੁਮਾਰ ਜੀ ਨੇ ਇੱਕ ਮੈਸੇਜ ਡਾਲਾ ਵੀ ਇਹ ਕੰਮ ਮੈਨੇ ਕਰਵਾਇਆ ਹੈ। ਔਰ ਬੜੇ ਗਾਉਂ ਦਾ ਰਹਿਣ ਵਾਲਾ ਕੁਲਦੀਪ ਬੜਾ ਗਾਉਂ ਰਾਣਾ ਜੀ ਉਸਕੇ ਈਮੇਲ ਆਈ ਡੀ ਨਾਮ ਸੇ ਰੱਖੀ ਹੈ, ਔਰ ਉਹਨਾਂ ਨੇ ਇਹ ਮੈਸੇਜ ਦਿਆ ਵੀ ਏਕਾ ਤੋਂ ਕੰਮ ਕਰ ਦਿਆ ਮੈਨੇ, ਅਭੀ ਅਗਲੇ ਔਰੋਂ ਕੋ ਤਿਆਰੀ ਹੈ, ਵੀ ਲਿਸਟ ਉਨਕੋ ਪਤਾ ਹੈ ਕਿਸਕਾ ਨਾਮ ਹੈ। ਇਸਕੇ ਲਈ ਮੇਰੇ ਘਰ ਕੋ ਮੇਰੇ ਭਾਈਓ ਕੋ ਪ੍ਰੋਟੈਕਸ਼ਨ ਚਾਹੀਏ। ਪ੍ਰਸ਼ਾਸਨ ਇਸਕੇ ਲਈ ਕਿਆ ਕਰਤਾ ਹੈ, ਕਿਉਂਕਿ ਅਗਰ ਮੇਰਾ ਬਾਹਰ ਜਾਣਾ, ਕੱਲ੍ਹ ਮੈਨੇ ਕਹੀਂ ਜਾਣਾ ਹੈ, ਕੱਲ੍ਹ ਡਿਊਟੀ ਜਾਏਗਾ ਛੋਟਾ ਭਾਈ 5-7 ਦਿਨ ਬਾਅਦ, ਜਬ ਤੱਕ ਉਹ ਇਹ ਮੁਜਰਿਮ ਪਕੜੇ ਨਹੀਂ ਜਾਤੇ, ਮੇਰੇ ਕੋ ਪੁਲਿਸ ਪ੍ਰੋਟੈਕਸ਼ਨ, ਮੇਰੇ ਘਰ ਵਾਲੋਂ ਕੋ ਮੇਰੇ ਭਾਈਓ ਕੋ ਪੁਲਿਸ ਪ੍ਰੋਟੈਕਸ਼ਨ ਦੀ ਜਾਏ। ਮੇਰੀ ਪ੍ਰਸ਼ਾਸਨ ਸੇ ਔਰ ਇਹ ਮੀਡੀਆ ਕੇ ਮਾਧਿਅਮ ਸੇ ਮੈਂ ਬਤਾਨਾ ਚਾਹਤਾ ਹੂੰ, ਜੋ ਮੀਡੀਆ ਪਰਿਵਾਰੀ ਹਮਾਰੇ ਸਾਥ ਖੜੇ ਹੈ, ਵੀ ਹਮਕੋ ਇਹ ਪ੍ਰੋਟੈਕਸ਼ਨ ਦੀ ਜਾਏ ਯਹਾਂ ਸੇ, ਵੀ ਕੱਲ੍ਹ ਕੋਈ ਔਰ ਹਾਦਸਾ ਨਾ ਹੋ ਹਮਾਰੇ ਸਾਥ। ਤੋ ਅਭੀ ਆਪਕੋ ਪੁਲਿਸ ਕੀ ਤਰਫ ਸੇ ਕੁਛ ਮਦਦ ਮਿਲ ਰਹੀ ਹੈ? ਉਹਨਾਂ ਨੇ ਦੋ ਗਨਮੈਨ ਦਿਏ ਹੋਏ ਹੈ, ਬਾਹਰ ਡਿਊਟੀਜ਼ ਪੇ ਹੈ ਵੋ, ਪਰ ਜਬ ਵੋ ਦੋ ਘਰ ਪੇ ਡਿਊਟੀ ਹੈ, ਜਬ ਮੈਂ ਬਾਹਰ ਮੂਵ ਕਰੂੰਗਾ ਜਾਂ ਮੇਰਾ ਭਾਈ ਮੂਵ ਕਰੇਗਾ, ਉਸਕੇ ਲੀਏ ਕੋਈ ਸੁਵਿਧਾ ਨਹੀਂ ਹੈ ਫਿਲਹਾਲ। ਪੁਲਿਸ ਪ੍ਰੋਟੈਕਸ਼ਨ ਫਿਲਹਾਲ ਜ਼ਿਆਦਾ ਚਾਹੀਏ, ਜਬ ਤੱਕ ਇਹ ਮੁਜਰਿਮ ਗ੍ਰਿਫਤਾਰ ਨਹੀਂ ਹੋ ਜਾਤੇ।